ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਇਸ ਪਾਵਨ ਪਵਿੱਤਰ ਸਥਾਨ 'ਤੇ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਧਾਰਨ ਕਰਕੇ ਤਕਰੀਬਨ 7 ਸਾਲ ਅਤੇ ਕੁਝ ਮਹੀਨੇ ਕੁਝ ਦਿਨ ਤੱਕ ਸਤਿਗੁਰੂ ਸਾਹਿਬ ਜੀ ਇੱਥੇ ਰਹੇ। ਜਦ ਅੰਤਰਜਾਮੀ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪਾਵਨ ਪਵਿੱਤਰ ਸਥਾਨ ਨੂੰ ਛੱਡ ਕਰਕੇ ਪੰਜਾਬ ਨੂੰ ਜਾਣ ਲੱਗੇ, ਇੱਥੋਂ ਦੀਆਂ ਸੰਗਤਾਂ ਨੇ ਬੇਨਤੀ ਕੀਤੀ, ਸਤਿਗੁਰੂ ਸਾਹਿਬ ਜੀ ਆਪ ਕਿਰਪਾ ਕਰੋ, ਸਾਨੂੰ ਸਦਾ ਵਾਸਤੇ ਇਸੇ ਸਥਾਨ 'ਤੇ ਦਰਸ਼ਨ ਦੀਦਾਰੇ ਬਖਸ਼ਦੇ ਰਹੋ। ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਧੀਰਜ ਦਿੰਦਿਆਂ ਹੋਇਆ ਫਰਮਾਇਆ, ਅਸੀਂ ਬਾਲ ਅਵਸਥਾ 'ਤੇ ਪੰਗੂੜੇ ਸਾਹਿਬ ਜੀ 'ਤੇ ਬਿਰਾਜਮਾਨ ਰਹੇ ਹਾਂ, ਬਚਪਨ ਦੇ ਗਾਤਰੇ ਦੇ ਸਾਰੇ ਸ਼ਸਤਰ ਛੱਡ ਕੇ ਜਾ ਰਹੇ ਹਾਂ, ਤੁਸੀਂ ਜਿਸ ਸ਼ਰਧਾ ਭਾਵਨਾ ਦੇ ਨਾਲ ਆ ਕਰਕੇ ਸਾਡਾ ਦਰਸ਼ਨ ਕਰਦੇ ਹੋ, ਉਸੇ ਸ਼ਰਧਾ ਭਾਵਨਾ ਦੇ ਨਾਲ ਆ ਕਰਕੇ ਜਦੋਂ ਤੁਸੀਂ ਪੰਗੂੜੇ ਸਾਹਿਬ ਜੀ ਦਾ ਦਰਸ਼ਨ ਕਰੋਗੇ, ਸਾਡੇ ਗਾਤਰੇ ਦੇ ਸ਼ਸਤਰਾਂ ਦਾ ਦਰਸ਼ਨ ਕਰੋਗੇ, ਸਾਡੇ ਪ੍ਰਤੱਖ ਦਰਸ਼ਨਾਂ ਦਾ ਫਲ ਤੁਹਾਨੂੰ ਪ੍ਰਾਪਤ ਹੋਵੇਗਾ। ਆਖੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਫਿਰ ਆਖੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਆਓ ਹੁਣ ਆਪਾਂ ਦਰਸ਼ਨ ਕਰੀਏ। ਬੋਲੇ ਸੋਨੇਹਾ, ਇਹ ਹੈ ਸਹਿਬ ਜੋ ਸਤਿਗੁਰੂ ਸਾਹਿਬ ਜੀ ਮਹਾਰਾਜ ਗਾਤਰੇ ਦੇ ਵਿੱਚ ਸਜਾਇਆ ਕਰਦੇ ਸਨ। ਇਹ ਹੈ ਦੋ ਚੱਕਰ ਜੋ ਸਤਿਗੁਰੂ ਸਾਹਿਬ ਜੀ ਮਹਾਰਾਜ ਦਸਤਾਰ ਦੇ ਉੱਪਰ ਸਾਹਮਣੇ ਦਮਾਲੇ 'ਤੇ ਸਜਾਇਆ ਕਰਦੇ ਸਨ। ਇਹ ਹੈ ਛੋਟੀ ਚੱਕਰੀ ਜੋ ਸਤਿਗੁਰੂ ਸਾਹਿਬ ਜੀ ਮਹਾਰਾਜ ਦਸਤਾਰ ਦੇ ਹੇਠਾਂ ਕੇਸਾਂ ਦੇ ਜੂੜੇ ਵਿੱਚ ਸਜਾਇਆ ਕਰਦੇ ਸਨ। ਇਹ ਹੈ ਖੰਡਾ ਜੋ ਸਤਿਗੁਰੂ ਸਾਹਿਬ ਜੀ ਦਸਤਾਰ ਦੇ ਉੱਪਰ ਸਾਹਮਣੇ ਦਮਾਲੇ 'ਤੇ ਸਜਾਇਆ ਕਰਦੇ ਸਨ। ਇਹ ਹੈ ਚੰਦਨ ਦਾ ਕੰਘਾ ਜਿਹਦੇ ਨਾਲ ਸਤਿਗੁਰੂ ਸਾਹਿਬ ਜੀ ਮਹਾਰਾਜ ਕੇਸ ਸਾਫ ਕਰਿਆ ਕਰਦੇ ਸਨ। ਇਹ ਹੈ ਖੰਜਰ, ਇਸ ਦਾ ਦੂਜਾ ਨਾਮ ਬਾਗਨਖੀ ਵੀ ਹੈ। ਇਹ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਕਮਰ ਕਸੇ ਦਾ ਸ਼ਸਤਰ ਹੈ। ਸਤਿਗੁਰੂ ਸਾਹਿਬ ਜੀ ਕਮਰ ਕਸੇ ਦੇ ਵਿੱਚ ਸਜਾਇਆ ਕਰਦੇ ਸਨ। ਇਹ ਹੈ ਕਟਾਰ, ਇਹ ਵੀ ਸਤਿਗੁਰੂ ਸਾਹਿਬ ਜੀ ਦੇ ਕਮਰ ਕਸੇ ਦਾ ਸ਼ਸਤਰ ਹੈ। ਸਤਿਗੁਰੂ ਸਾਹਿਬ ਜੀ ਕਮਰ ਕਸੇ ਸਜਾਇਆ ਕਰਦੇ ਸਨ। ਇਹ ਹੈ ਮਿੱਟੀ ਦਾ ਗੁਲੇਲਾ ਜਿਹਦੇ ਨਾਲ ਬਾਲਾ ਪ੍ਰੀਤਮ ਚੋਜੀ ਸਤਿਗੁਰੂ ਸਾਹਿਬ ਜੀ ਬਾਲ ਅਵਸਥਾ ਦੇ ਵਿੱਚ ਚੋਜ ਕਰਿਆ ਕਰਦੇ ਸਨ। ਆਪ ਜੀ ਪ੍ਰਕਰਮਾ ਕਰੋਗੇ, ਪ੍ਰਕਰਮੇ ਦੇ ਵਿੱਚ ਮਾਤਾ ਗੁਜਰੀ ਜੀ ਦਾ ਖੂਹ ਹੈ। ਨਗਰ ਨਿਵਾਸੀ ਬੀਬੀਆਂ ਪਾਣੀ ਭਰਨ ਵਾਸਤੇ ਆਉਂਦੀਆਂ, ਸਤਿਗੁਰੂ ਸਾਹਿਬ ਜੀ ਗੁਲੇਲੇ ਮਾਰ ਕਰਕੇ ਘੜੇ ਤੋੜ ਦਿਆ ਕਰਦੇ। ਇੱਕ ਦਿਨ ਬੀਬੀਆਂ ਇਕੱਠੀਆਂ ਹੋ ਕਰਕੇ ਮਾਤਾ ਜੀ ਦੇ ਕੋਲ ਗਈਆਂ, ਜਾ ਕਰਕੇ ਬੇਨਤੀ ਕੀਤੀ, ਮਾਤਾ ਜੀ ਅਸੀਂ ਗਰੀਬ ਬੰਦੇ, ਰੋਜ਼ ਇੰਨੇ ਘੜੇ ਕਿੱਥੋਂ ਲਿਆਈਏ, ਸੋ ਗੁਰੂ ਸਾਹਿਬ ਜੀ ਨੂੰ ਮਨਾ ਕਰੋ, ਗੁਰੂ ਸਾਹਿਬ ਜੀ ਸਾਡੇ ਰੋਜ਼ ਹੀ ਗੁਲੇਲੇ ਮਾਰ ਕਰਕੇ ਘੜੇ ਤੋੜ ਦਿੰਦੇ ਹਨ, ਸੋ ਸਾਡਾ ਨੁਕਸਾਨ ਹੁੰਦਾ ਹੈ। ਮਾਤਾ ਜੀ ਨੇ ਕਿਹਾ, ਤੁਸੀਂ ਇਉਂ ਕਰੋ, ਤੁਸੀਂ ਲੋਹੇ ਤਾਂਬੇ ਪਿੱਤਲ ਦੇ ਘੜੇ ਲਿਆਓ, ਮਿੱਟੀ ਦੇ ਗੁਲੇਲਿਆਂ ਦੇ ਨਾਲ ਨਹੀਂ ਫੁੱਟੇਗਾ। ਜਿਨ੍ਹਾਂ ਕੋਲ ਮਾਇਆ ਨਹੀਂ ਸੀ, ਮਾਤਾ ਜੀ ਨੇ ਆਪਣੇ ਕੋਲੋਂ ਮਾਇਆ ਦਿੱਤੀ। ਜਦ ਲੋਹੇ ਤਾਂਬੇ ਪਿੱਤਲ ਦੇ ਘੜੇ ਲਿਆਉਣੇ ਸ਼ੁਰੂ ਹੋ ਗਏ, ਗੁਰੂ ਸਾਹਿਬ ਜੀ ਨੇ 4 ਲੋਹੇ ਦਾ ਤੀਰ ਤਿਆਰ ਕਰ ਲਿਆ। ਇਹ 4 ਲੋਹੇ ਦਾ ਤੀਰ ਹੈ। ਜਦ ਲੋਹੇ ਤਾਂਬੇ ਪਿੱਤਲ ਦੇ ਵੀ ਕੜੇ ਫੁੱਟਣੇ ਸ਼ੁਰੂ ਹੋ ਗਏ, ਫਿਰ ਜਾ ਕਰਕੇ ਬੇਨਤੀ ਕੀਤੀ, ਮਾਤਾ ਜੀ ਹੁਣ ਕੀ ਕਰੀਏ,
ਹੁਣ ਤਾਂ ਗੁਰੂ ਸਾਹਿਬ ਜੀ ਲੋਹੇ ਤਾਂਬੇ ਪਿੱਤਲ ਦੇ ਵੀ ਕੜੇ ਨਹੀਂ ਛੱਡਦੇ, ਇਹ ਵੀ ਫੋੜ ਡਾਲਦੇ ਹਨ। ਮਾਤਾ ਜੀ ਨੇ ਕਿਹਾ, ਨਾ ਅਸੀਂ ਤੁਹਾਨੂੰ ਕੁਝ ਕਹਿ ਸਕਦੇ ਹਾਂ, ਨਾ ਅਸੀਂ ਲਾਲ ਜੀ ਨੂੰ ਮਨਾਈ ਕਰ ਸਕਦੇ ਹਾਂ, ਕਿਉਂਕਿ ਇਹਨਾਂ ਦੇ ਪਿਤਾ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦ ਇਸ ਅਸਥਾਨ ਨੂੰ ਛੱਡ ਕਰਕੇ ਅਸਮ ਨੂੰ ਜਾਣ ਲੱਗੇ, ਸੰਸਾਰ ਨੂੰ ਹਿਦਾਇਤ ਕਰਕੇ ਗਏ ਸਨ। ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਧਾਰਨ ਕਰਕੇ ਆ ਰਹੇ ਨਾ, ਉਹ ਜੋ ਕੁਝ ਵੀ ਕੌਤਕ ਕਰਨਗੇ ਦੁਨੀਆ ਦੇ ਭਲੇ ਵਾਸਤੇ ਕਰਨਗੇ, ਸੋ ਤੁਸੀਂ ਉਹਨਾਂ ਨੂੰ ਮਨਾ ਨਹੀਂ ਕਰਨਾ ਹੋਏਗਾ। ਇੰਨੇ ਸਮੇਂ ਦੇ ਵਿੱਚ ਇੱਕ ਬੀਬੀ ਪਾਣੀ ਭਰ ਕੇ ਜਾ ਰਹੀ ਸੀ, ਸਤਿਗੁਰੂ ਸਾਹਿਬ ਜੀ ਨੇ ਮਾਰਿਆ ਤੀਰ, ਘੜਾ ਫੁੱਟ ਗਿਆ। ਬੀਬੀ ਬੈਠ ਕਰਕੇ ਰੋਣ ਲੱਗੀ, ਘਰੋਂ ਮਾਤਾ ਜੀ ਸੀਸ ਮਹਿਲਾਂ ਚੋਂ ਬਾਹਰ ਨਿਕਲੇ, ਕੌਤਕ ਦੇਖ ਕਰ ਕਹਿਣ ਲੱਗੇ, ਲਾਲ ਜੀ ਉਹ ਰੋਂਦੀ ਹੈ, ਆਪ ਹੱਸਦੀ ਹੋ, ਆਪ ਐਸਾ ਕਿਉਂ ਕਰੋਗੇ, ਆਪ ਤਾਂ ਧਰਮਾ ਅਵਤਾਰ, ਆਪ ਤਾਂ ਦੁਨੀਆ ਦੇ ਭਲੇ ਵਾਸਤੇ ਆਏ ਹੋ। ਮਾਤਾ ਜੀ ਦੇ ਪਾਸੋਂ ਸੁਣ ਕਰਕੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਹਾਂ ਮਾਤਾ ਜੀ, ਅਸੀਂ ਕੋਈ ਹਾਸੀ ਮਜ਼ਾਕ ਜਾਂ ਮਖੌਲ ਨਹੀਂ ਕਰ ਰਹੇ, ਜਿਸ ਦਾ ਭਲਾ ਕਰੋ ਉਹ ਬੁਰਾ ਮੰਨਦਾ ਹੈ, ਅਸਾਂ ਨੇ ਤਾਂ ਤੀਰ ਮਾਰ ਕਰਕੇ ਕੜੇ ਦੇ ਵਿੱਚ ਸੱਪ ਮਾਰਿਆ ਹੈ। ਜਦੋਂ ਜਾ ਕਰਕੇ ਵੇਖਿਆ, ਬਾਕੀ ਸਤਿਗੁਰੂ ਸਾਹਿਬ ਜੀ ਦੇ ਤੀਰ ਦੇ ਨੋਕ ਦੇ ਨਾਲ ਬਿੰਨਿਆ ਹੋਇਆ ਕੜੇ ਦੇ ਵਿੱਚ ਸੱਪ ਮਰਿਆ ਪਿਆ ਸੀ। ਵੇਖ ਕਰਕੇ ਸਾਰਿਆਂ ਦਾ ਸਿਰ ਸ਼ਰਧਾ ਦੇ ਨਾਲ ਝੁਕ ਗਿਆ। ਨਾਲ ਹੀ ਮਾਤਾ ਜੀ ਨੇ ਵਚਨ ਕੀਤਾ, ਰੋਜ਼ ਦੇ ਅਲਾਂਬੇ ਠੀਕ ਨਹੀਂ, ਕਿਉਂ ਨਾ ਖੂਹ ਦਾ ਪਾਣੀ ਹੀ ਖਰਾ ਹੋ ਜਾਏ। ਮਾਤਾ ਜੀ ਦੇ ਮੁਖੋਂ ਵਚਨ ਹੋਣ ਦੀ ਦੇਰੀ ਸੀ ਕਿ ਪਾਣੀ ਬਿਲਕੁਲ ਖਾਰਾ ਹੋ ਗਿਆ। ਫਿਰ ਜਾ ਕਰਕੇ ਬੇਨਤੀ ਕੀਤੀ, ਮਾਤਾ ਜੀ ਇਹ ਤਾਂ ਚੰਗਾ ਨਹੀਂ ਹੋਇਆ, ਕਿਉਂਕਿ ਇਸੇ ਖੂਹ ਦੇ ਪਾਣੀ ਦੇ ਨਾਲ ਘਰ ਦਾ ਸਾਰਾ ਕੰਮ ਚੱਲਦਾ ਸੀ, ਸੋ ਆਪ ਕਿਰਪਾ ਕਰਕੇ ਵਚਨ ਕਰ ਦਿਓ, ਪਾਣੀ ਫਿਰ ਮਿੱਠਾ ਹੋ ਜਾਏ। ਮਾਤਾ ਜੀ ਨੇ ਕਿਹਾ, ਨਹੀਂ, ਜੋ ਵਚਨ ਹੋਣਾ ਸੀ ਉਹ ਤਾਂ ਹੋ ਗਿਆ, ਫਿਰ ਵੀ ਤੁਸੀਂ ਬੇਨਤੀ ਕੀਤੀ, ਅਸੀਂ ਵਚਨ ਕਰਦੇ ਹਾਂ। ਅਜੇ ਨਹੀਂ, ਜਦੋਂ ਦੂਰੋਂ ਦਰਿਉਂਡਿਓ ਸੰਗਤਾਂ ਚੱਲ ਕਰਕੇ ਆਉਣਗੀਆਂ, ਉਹਨਾਂ ਦੇ ਚਰਨ ਧੂੜ ਦੇ ਨਾਲ ਪਾਣੀ ਆਪੇ ਮਿੱਠਾ ਹੋ ਜਾਏਗਾ। ਮਾਤਾ ਜੀ ਦਾ ਵਚਨ ਤਕਰੀਬਨ 1947 ਦੇ ਵਿੱਚ ਪੂਰੇ ਹੋਏ। ਜਦ ਦੇਸ਼ ਦਾ ਬਟਵਾਰਾ ਹੋਇਆ, ਸੰਗਤਾਂ ਦਾ ਆਵਾਗਮਨ ਇੱਥੇ ਵਿਸ਼ੇਸ਼ ਤੌਰ 'ਤੇ ਵਧਿਆ। ਪਹਿਲੇ ਨਾਲੋਂ ਪਾਣੀ ਬਹੁਤ ਮਿੱਠਾ ਹੈ, ਸੰਗਤਾਂ ਅੰਮ੍ਰਿਤ ਰੂਪ ਦੇ ਵਿੱਚ ਗ੍ਰਹਿਣ ਕਰਦੀਆਂ ਹਨ ਅਤੇ ਆਪੋ ਆਪਣੇ ਘਰਾਂ ਨੂੰ ਲੈ ਕਰਕੇ ਜਾਂਦੀਆਂ ਹਨ। ਆਪ ਜੀ ਵੀ ਲੈ ਕਰਕੇ ਜਾ ਸਕਦੇ ਹੋ, ਆਪ ਜੀ ਪਰਿਕਰਮਾ ਕਰੋਗੇ। ਪਰਿਕਰਮੇ ਦੇ ਵਿੱਚ ਗੁਰੂ ਸਾਹਿਬ ਜੀ ਦਾ ਚੋਲਾ ਸਾਹਿਬ ਹੈ, ਜੋ ਕਿ ਤਕਰੀਬਨ 15 ਸਾਲ ਦੇ ਅਵਸਥਾ ਦੇ ਵਿੱਚ ਧਾਰਨ ਕਰਿਆ ਕਰਦੇ ਸਨ। ਖੰਡਵਾ ਵਿਖੇ ਕਿਸੇ ਗੁਰਸਿੱਖ ਪ੍ਰੇਮੀ ਮਾਤਾ ਜੀ ਦੇ ਘਰ ਦੇ ਵਿੱਚ ਹੈ ਸੀ। ਜਦ ਉਹਨਾਂ ਤੋਂ ਕਿਸੇ ਕਾਰਨ ਕਰਕੇ ਕਿਸੇ ਸਬੱਬ ਸੰਭਾਲ ਨਹੀਂ ਹੋ ਸਕਿਆ, ਉਹਨਾਂ ਨੇ ਲਿਆ ਕਰਕੇ ਇੱਥੇ ਤਖਤ ਸਾਹਿਬ ਜੀ ਵਿਖੇ ਜਮ੍ਹਾਂ ਕਰਾ ਦਿੱਤਾ, ਜਿਸ ਕਰਕੇ ਸਤਿਗੁਰੂ ਸਾਹਿਬ ਜੀ ਦਾ ਯਾਦਗਾਰ ਬਣਿਆ ਰਹੇ। ਇਹ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਖੜਾਓ ਹਨ। ਕੁਝ 9ਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਹਨ, ਕੁਝ 10ਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਹਨ। ਆਓ ਹੁਣ ਆਪਾਂ ਦਰਸ਼ਨ ਕਰੀਏ। ਬੋਲੇ ਸੋਨੇਹਾ, ਇਹ ਹਨ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਖਣਾਓ, ਜੋ ਕਿ ਚੰਦਨ ਦੀਆਂ ਬਣੀਆਂ ਹੋਈਆਂ। ਬੋਲੇ ਸੋਨੇਹਾਲ, ਇਹ ਹਨ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਖਣਾਓ, ਜੋ ਕਿ ਹਾਥੀ ਦੰਦਾਂ ਦੀਆਂ ਬਣੀਆਂ ਹੋਈਆਂ। ਇਹ ਹੈ ਭਗਤ ਕਬੀਰ ਜੀ ਦੀ ਖੱਡੀ, ਇਸ ਦਾ ਦੂਜਾ ਨਾਮ ਤਾਨਾ ਬਾਨਾ ਵੀ ਹੈ, ਜਿਹਦੇ ਨਾਲ ਭਗਤ ਕਬੀਰ ਜੀ ਕੱਪੜਾ ਬੁਣਿਆ ਕਰਦੇ ਸਨ। ਇਹ ਕਿਸੇ ਸਮੇਂ ਦੇ ਵਿੱਚ ਕਾਂਸੀ ਵਿਖੇ ਕਿਸੇ ਗੁਰਸਿੱਖ ਪ੍ਰੇਮੀ ਘਰ ਦੇ ਵਿੱਚ ਹੈ ਸੀ। ਜਦ ਉਹਨਾਂ ਤੋਂ ਸਾਹਮਣੇ ਹੋ ਸਕਿਆ, ਉਹਨਾਂ ਲਿਆ ਕਰਕੇ ਇੱਥੇ ਤਖਤ ਸਾਹਿਬ ਜੀ ਵਿਖੇ ਜਮ੍ਹਾਂ ਕਰਾ ਦਿੱਤੇ, ਜਿਸ ਕਰਕੇ ਭਗਤ ਕਬੀਰ ਜੀ ਦੀ ਯਾਦਗਾਰ ਬਣੀ ਰਹੇ। ਇਸ ਪਾਵਨ ਪਵਿੱਤਰ ਤਖਤ ਸਾਹਿਬ ਜੀ ਤੋਂ ਇਲਾਵੇ 5 ਇਤਿਹਾਸਕ ਗੁਰਦੁਆਰੇ ਹੋਰ ਵੀ ਹਨ।
ਪਹਿਲਾ ਗੁਰਦੁਆਰਾ ਗਊ ਘਾਟ, ਦੂਜਾ ਗੁਰਦੁਆਰਾ ਬਾਲ ਲੀਲਾ, ਤੀਜਾ ਗੁਰਦੁਆਰਾ ਗੁਰੂ ਕਾ ਬਾਗ, ਚੌਥਾ ਗੁਰਦੁਆਰਾ ਕੰਗਨ ਘਾਟ ਅਤੇ ਪੰਜਵਾਂ ਗੁਰਦੁਆਰਾ ਹਾਂਡੀ ਸਾਹਿਬ ਦਾਨਾਪੁਰ ਅਵਸਥੀ ਘਾਟ। ਇਹ ਕੁਝ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਹਨ। ਬੋਲੇ ਸੋ ਨਿਹਾਲ। ਇਹ ਹਨ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹਸਤ ਕਮਲਾਂ ਦੇ ਲਿਖੇ ਹੋਏ ਹੁਕਮਨਾਮੇ। ਅਸਮ ਤੋਂ ਲਿਖਿਆ ਹੋਇਆ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਤਾਰਨ ਦਾ ਵਧਾਈ ਦਾ ਹੁਕਮਨਾਮਾ। ਇਹ ਹਨ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਸਤ ਕਮਲਾਂ ਦੇ ਲਿਖੇ ਹੋਏ ਹੁਕਮਨਾਮੇ। ਇਸੇ ਪ੍ਰਕਾਰ ਦੇ ਨਾਲ ਕੁਝ ਹੋਰ ਵੀ ਹੁਕਮਨਾਮੇ ਹਨ ਜੋ 501 ਰੁਪਏ ਦੀ ਰਸੀਦ ਕਟਾਉਂਦੇ ਹਨ, ਉਹਨਾਂ ਨੂੰ ਤਖਤ ਸਾਹਿਬ ਜੀ ਤੋਂ ਚਾਦਰ ਦਾ ਸਿਰੋ ਪਾਉ ਦਿੱਤਾ ਜਾਂਦਾ ਹੈ। ਜੋ ਘੱਟੋ ਘੱਟ 150 ਰੁਪਏ ਦੀ ਰਸੀਦ ਕਟਾਉਂਦੇ ਹਨ, ਉਹਨਾਂ ਨੂੰ ਪੀਲਾ ਸਿਰੋ ਪਾਉ ਦਿੱਤਾ ਜਾਂਦਾ ਹੈ। ਇੱਥੇ ਦਾ ਇਤਿਹਾਸ ਹੈ, ਸ਼ੋਰਟਕਟ ਦੇ ਵੀ ਸੁਣਾਇਆ ਜਾਂਦਾ, ਨਹੀਂ ਤਾਂ ਗੁਰੂ ਸਾਹਿਬ ਜਿੱਥੇ ਆਪ ਜੀ 7 ਸਾਲ ਰਹੇ, ਉਹਨਾਂ ਬੇਅੰਤੀ ਕੌਤਕ ਕੀਤੇ ਨਾ, ਬਾਕੀ ਜੋ ਕੁਝ ਵੀ ਕੌਤਕ ਕੀਤਾ ਹੈ ਸਤਿਗੁਰੂ ਸਾਹਿਬ ਜੀ ਨੇ, ਵਿਸ਼ੇਸ਼ ਤੌਰ 'ਤੇ ਅਜਾਇਬ ਘਰ ਦੇ ਵਿੱਚ ਵੀ ਸਾਰੇ ਤਸਵੀਰ ਲੱਗੇ ਹੋਏ ਹਨ, ਉੱਥੇ ਵੀ ਜਾ ਕਰਕੇ ਦਰਸ਼ਨ ਕੀਤਾ ਜਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।